ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਇਸ ਵਕਤ ਅਸੀਂ ਝੇੜੂ ਰੋਡ ਤੇ ਮੌਜੂਦ ਹੈ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਕੀ ਹੈ ਨਿਕਲਦੇ ਹੋਏ ਨਜ਼ਰ ਆ ਰਹੇ ਹੈ, ਤੇ ਇਹ ਲੋਕ ਕੁਛ ਹੀ ਦੇਰ 'ਚ ਜਿਹੜੇ ਕਿ ਫਗਵਾੜਾ ਪਹੁੰਚ ਜਾਣਗੇ ਤੇ ਉੱਥੇ ਜਿਹੜਾ ਕਿ ਕੁਛ ਦੇਰ ਰੁਕਣਗੇ, ਉੱਥੇ ਲੰਗਰ ਪਾਣੀ ਛਕਣਗੇ ਤੇ ਉਸ ਤੋਂ ਬਾਅਦ ਇਹ ਲੋਕ ਫਤਿਹਗੜ੍ਹ ਸਾਹਿਬ ਜਾਣਗੇ। ਤੁਹਾਨੂੰ ਦੱਸ ਦੇ ਕਿ ਆਪਣੀ ਮੰਗਾਂ ਨੂੰ ਲੈ ਕੇ ਕੱਲ੍ਹ ਕਿਸਾਨਾਂ ਵੱਲੋਂ ਜਿਹੜਾ ਕੀ ਹੈ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਕੀਤਾ ਜਾਣਾ ਤੇ ਉੱਥੇ ਜਿਹੜਾ ਕੀ ਹੈ ਇੱਕ ਵੱਡਾ ਧਰਨਾ ਜਿਹੜਾ ਕਿ ਲਗਾਇਆ ਜਾਣਾ। ਤੁਹਾਨੂੰ ਦੱਸ ਦੇ ਕਿ ਇਹਨਾਂ ਦੀ ਮੰਗ ਹੈਗੀ ਕਿ ਜਿਹੜੀ MSP ਤੇ ਜਿਹੜੀ ਕਿ ਗਰੰਟੀ ਜਿਹੜਾ ਕਾਨੂੰਨ ਹੈ ਉਹ ਨਹੀਂ ਹਜੇ ਤੱਕ ਬਣਾਇਆ ਗਿਆ, ਉਸ ਤੋਂ ਇਲਾਵਾ ਜਿਹੜਾ ਸਵਾਮੀਨਾਥਨ ਰਿਪੋਰਟ ਹੈ ਉਹਨੂੰ ਜਿਹੜਾ ਕਿ ਮੰਨਿਆ ਜਾਵੇ, ਜਿਹੜੇ ਗੰਨੇ ਦੇ ਦਾਮ ਹੈ ਉਹਦਾ ਸਹੀ ਮੁੱਲ ਮਿਲੇ, ਵੱਖ ਵੱਖ ਆਪਣੀ ਮੰਗਾਂ ਨੂੰ ਲੈ ਕੇ ਇਹ ਲੋਕ ਜਿਹੜਾ ਕਿ ਇੱਕ ਵਾਰ ਫਿਰ ਤੋਂ ਜਿਹੜੇ ਕਿ ਕੱਲ ਦਿੱਲੀ ਕੂਚ ਕਰਨਗੇ। ਤਸਵੀਰਾਂ ਦੇਖ ਸਕਦੇ ਕਿ ਇਸ ਵਕਤ ਇਹ ਲੋਕ ਝੇੜੂ ਜਿਹੜਾ ਕਿ ਰੋਡ ਹੈ ਉਹਨੂੰ ਕ੍ਰੋਸ ਕਰਦੇ ਪਏ, ਇਹ ਲੋਕਾਂ ਨੇ ਇਹਨਾਂ ਨੇ ਜਿਹੜੀ ਕਿ ਟਰਾਲੀਆਂ ਜਿਹੜੀ ਕੀ ਆ 25-25 20-20 ਟਰਾਲੀਆਂ ਵੰਡੀਆਂ ਹੋਈਆਂ ਤੇ ਉਸ ਹਿਸਾਬ ਨਾਲ ਇਹ ਸਭ ਲੋਕ ਇਕੱਠੇ ਹੋ ਕੇ ਜਾ ਰਹੇ ਨੇ ਤੇ ਸਾਹਮਣੇ ਜਿਹੜਾ ਕੀ ਆ ਫਗਵਾੜਾ ਵਿਖੇ ਰੁਕਣਾ ਹੈਗਾ ਤੇ ਉਸ ਤੋਂ ਬਾਅਦ ਇਹ ਲੋਕ ਫਤਿਹਗੜ੍ਹ ਸਾਹਿਬ ਜਿਹੜਾ ਕਿ ਪਹੁੰਚਣਗੇ। ਤੇ ਤਾਂ ਦੇਖ ਸਕਦੇ ਤਸਵੀਰਾਂ ਜਿਹੜਾ ਕਿ ਕਿਸਾਨ ਜਿਹੜੇ ਕਿ ਲਗਾਤਾਰ ਜਿਹੜਾ ਕੀ ਆ ਨਿਕਲਦੇ ਹੋਏ ਨਜ਼ਰ ਆ ਰਹੇ ਤੇ ਕੁਛ ਹੀ ਦੇਰ 'ਚ ਇਹ ਲੋਕ ਫਗਵਾੜਾ ਪਹੁੰਚਣਗੇ, ਉੱਥੇ ਰੁਕ ਕੇ ਜਿਹੜੇ ਕਿ ਲੰਗਰ ਪਾਣੀ ਛਕਿਆ ਜਾਊਗਾ ਤੇ ਉਸ ਤੋਂ ਬਾਅਦ ਇਹ ਲੋਕ ਜਿਹੜੇ ਕਿ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਹੋਣਗੇ। ਤੁਹਾਨੂੰ ਦੱਸ ਦੇ ਕਿ ਸਾਰੇ ਪੰਜਾਬ ਦੀਆਂ ਕਈ ਐਸੀ ਜਥੇਬੰਦੀਆਂ ਜਿਹੜੀ ਕਿ ਇਸ ਵਿੱਚ ਸ਼ਾਮਿਲ ਨਹੀਂ ਹੋਈ ਹੈ, ਕਿਉਂਕਿ ਜਿਹੜਾ 16 ਫਰਵਰੀ ਨੂੰ ਜਿਹੜਾ ਕਿ ਭਾਰਤ ਬੰਦ ਦੀ ਕੋਲ ਹੈ ਉਹ ਲੋਕ ਜਿਹੜਾ ਕਿ ਉਹਦੀ ਤਿਆਰੀਆਂ ਕਰਦੇ ਪਏ ਆ। ਇਸ ਤੋਂ ਇਲਾਵਾ ਕਈ ਜਥੇਬੰਦੀ ਉਹ ਵੀ ਹੈ ਜਿਹੜੀ ਕਿ ਇਸ ਜਿਹੜੇ ਧਰਨਾ ਲੱਗਣਾ ਹੈਗਾ ਉਹਦੇ ਵਿੱਚ ਜਿਹੜੇ ਕਿ ਸ਼ਾਮਿਲ ਹੋਣ ਲਈ ਜਾ ਰਹੀ ਹੈ। ਇਹ ਲੋਕ ਕੁਛ ਹੀ ਦੇਰ 'ਚ ਫਗਵਾੜਾ ਪਹੁੰਚਣਗੇ ਤੇ ਉਸ ਤੋਂ ਬਾਅਦ ਇਹ ਸਭ ਨੇ ਫਤਿਹਗੜ੍ਹ ਸਾਹਿਬ ਇਕੱਠੇ ਹੋਣਾ ਤੇ ਕੱਲ੍ਹ ਜਿਹੜਾ ਕਿ ਇੱਕ ਵਾਰ ਫਿਰ ਤੋਂ ਦਿੱਲੀ ਕੁਛ ਕਰਨਗੇ। ਇਸ ਤੋਂ ਇਲਾਵਾ ਅੱਜ ਇਹਨਾਂ ਦੀ ਮੀਟਿੰਗ ਵੀ ਹੈ, ਜੇਕਰ ਮੀਟਿੰਗ ਵਿੱਚ ਕੋਈ ਸਿੱਟਾ ਨਿਕਲਦਾ ਤਾਂ ਸ਼ਾਇਦ ਇਹ ਲੋਕ ਨਾ ਜਾਣ, ਅਗਰ ਮੀਟਿੰਗ 'ਚ ਕੋਈ ਸਿੱਟਾ ਨਹੀਂ ਨਿਕਲੂਗਾ ਤੇ ਕੱਲ ਇੱਕ ਵਾਰ ਫੇਰ ਤੋਂ ਇਹ ਲੋਕ ਦਿੱਲੀ ਕੂਚ ਕਰਨਗੇ। ਤੁਹਾਨੂੰ ਦੱਸ ਦੇ ਕਿ ਜਿਹੜੇ ਹਰਿਆਣਾ ਦੇ ਬਾਰਡਰਸ ਹੈ ਉਹਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੋਇਆ ਤਾਂ ਕਿ ਟਰੈਕਟਰ ਟਰਾਲੀਆਂ ਜਿਹੜੀ ਕਿ ਅੱਗੇ ਨਾ ਜਾ ਸਕੇ ਤੇ ਕਿਸਾਨਾਂ ਵੱਲੋਂ ਵੀ ਜਿਹੜੀ ਕਿ ਪੂਰੀ ਤਿਆਰੀ ਕੀਤੀ ਹੋਈ ਹੈ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ।